ਅਗਲੀਆਂ ਖਬਰਾਂ ਵੱਲ ਚੱਲੀਏ ਰਾਜਕਰਨਵੀਰ ਸਿੰਘ ਜੀ। ਡੀਐਮਬੀ ਜਿਹੜਾ ਕੈਲੀਫੋਰਨੀਆ ਦਾ, ਇਹ ਬੜੀ ਇੰਪੋਰਟੈਂਟ ਖਬਰ ਆਈ ਆ ਅੱਜ, ਖਾਸ ਕਰਕੇ ਜੋ 70 ਸਾਲ ਤੋਂ ਉੱਪਰ ਨੌਜਵਾਨ ਹੋ ਜਾਂਦੇ ਆ ਉਹਨਾਂ ਨੂੰ ਹੁਣ ਰਿਟਰਨ ਟੈਸਟ ਨਹੀਂ ਦੇਣਾ ਪਊਗਾ। ਇਹ ਉਹਨਾਂ ਨੇ ਕੈਲੀਫੋਰਨੀਆ ਡੀਐਮਬੀ ਨੇ ਕਿਹਾ ਆ, ਅਕਤੂਬਰ 1 ਤੋਂ, ਅੱਜ ਤੋਂ ਜਿਹੜੇ ਵੀ ਲੋਕ 70 ਸਾਲ ਤੋਂ ਉੱਪਰ ਹੋ ਗਏ ਆ ਉਹਨਾਂ ਨੂੰ ਡੀਐਮਬੀ ਦਾ ਰਿਟਰਨ ਟੈਸਟ, ਨੌਲੇਜ ਟੈਸਟ ਨਹੀਂ ਦੇਣਾ ਪੈਣਾ ਜਦੋਂ ਉਹਨਾਂ ਨੇ ਆਪਣਾ ਰਿਨਿਊ ਕਰਾਉਣਾ ਹੈਗਾ ਲਾਇਸੈਂਸ। ਹਾਂ, ਉਹਨਾਂ ਦਾ ਜਿਹੜਾ ਵਿਜ਼ਨ ਟੈਸਟ ਆ ਜਾਂ ਜੇ ਡਾਕਟਰ ਨੇ ਕੋਈ ਹੈਲਥ ਇਸ਼ੂ ਲਿਖਿਆ ਉਹ ਜ਼ਰੂਰ ਚੈੱਕ ਹੋਊਗਾ। ਕਹਿੰਦੇ ਵੀ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਡੀਐਮਬੀ ਜਾਂਦੇ ਆ, ਘੱਟੋ ਘੱਟ ਉਹ ਜਿਹੜਾ ਸਮਾਂ ਆ ਉਹ ਡੀਐਮਬੀ ਨੂੰ ਬਚੂਗਾ। ਤੇ ਜਿਹੜੇ ਲੋਕਾਂ ਦਾ ਪੂਅਰ ਡਰਾਈਵਿੰਗ ਰੈਕਰਡ ਆ, ਮੰਨ ਲਓ ਫਿਰ ਉਹਨਾਂ ਨੇ 2-4 ਐਕਸੀਡੈਂਟ ਆ, ਟਿਕਟਾਂ ਆ, ਫਿਰ ਉਹਨਾਂ ਨੂੰ ਟੈਸਟ ਜ਼ਰੂਰ ਦੇਣਾ ਪਊਗਾ। ਪਰ ਨਹੀਂ, ਜਿਹੜਾ ਆ ਉਹ ਟੈਸਟ ਕੈਲੀਫੋਰਨੀਆ ਦੇ ਡੀਐਮਬੀ ਦੇ ਵਿੱਚ ਨਹੀਂ ਦੇਣਾ ਪਊਗਾ। ਜਦੋਂ ਡੀਐਮਬੀ ਨੂੰ ਜਿਹੜੇ ਕੁਛ ਜਰਨਲਿਸਟ ਆ ਉਹਨਾਂ ਨੇ ਪੁੱਛਿਆ ਵੀ ਇਹ ਹੁਣ ਲਾਅ ਚੇਂਜ ਹੋਇਆ, ਉਹ ਕਹਿੰਦੇ ਵੀ ਲਾਅ ਨਹੀਂ ਸੀ, ਇਹ ਐਕਚੁਅਲੀ ਸਾਡੀ ਪਾਲਿਸੀ ਸੀਗੀ। ਸੋ ਪਾਲਿਸੀ ਕਿਸੇ ਟਾਈਮ ਦੇ ਵਿੱਚ ਵੀ ਜਿਹੜੀ ਆ ਚੇਂਜ ਹੋ ਸਕਦੀ ਹੈਗੀ ਆ। ਸੋ ਜੀ ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਜੇ ਤੁਸੀਂ 70 ਸਾਲ ਤੋਂ ਉੱਪਰ ਹੋ ਗਏ ਤੁਹਾਡਾ ਲਾਇਸੈਂਸ ਰਿਨਿਊ ਹੋਣਾ, ਤੇ ਤੁਹਾਨੂੰ ਰਿਟਰਨ ਟੈਸਟ ਦੇਣ ਦੀ ਜ਼ਰੂਰਤ ਨਹੀਂ ਪਊਗੀ। ਪਰ ਆਨਲਾਈਨ ਅਕਾਊਂਟ ਬਣਾ ਕੇ ਤੁਹਾਨੂੰ ਜ਼ਰੂਰ ਰਿਨਿਊਅਲ ਫੀਸ ਜਿਹੜੀ ਆ ਉਹ ਦੇਣੀ ਪਊਗੀ। ਹੋ ਸਕਦਾ ਉਹ ਤੁਹਾਡਾ ਵਿਜ਼ਨ ਟੈਸਟ ਵਗੈਰਾ ਮੰਗਣ, ਉਹ ਦੇਣਾ ਪਊਗਾ, ਨਹੀਂ ਨਹੀਂ ਰਿਟਰਨ ਟੈਸਟ ਨਹੀਂ। ਜੀ ਜੀ